ਗੁਰਜੰਟ ਸਿੰਘ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਅੰਬਾਲੇ ਤੋਂ ਆਏ ਆ ਜੀ ਕਿਹੜੀ ਜਗ੍ਹਾ ਤੋਂ ਸੰਭਾਲੇ ਤੋਂ ਕਿਹੜੀ ਜਗ੍ਹਾ ਤੇ ਆਏ ਪਿੰਡ ਆਲੂ ਅਰਖਾ ਜੀ ਸਾਡਾ ਕਿਹੜੀ ਕਿਹੜੀ ਜਗ੍ਹਾ ਤੇ ਆਏ ਉਰੇ ਰਾਜਪੁਰਾ ਜੀ ਕੀ ਕਾਰਨ ਸੀ ਕੀ ਕਰਨ ਆਏ ਅਸੀਂ ਲੇਬਰ ਲੈਣ ਆਏ ਤੇ ਜੀ ਅੱਛਾ ਲੇਬਰ ਮਿਲੀ ਨਹੀਂ ਜੀ ਕੀ ਕਾਰਨ ਕੀ ਹੈ ਪਤਾ ਨਹੀਂ ਕੀ ਕਾਰਨ ਆਈ ਹੁਣ ਬਈਏ ਕੁਛ ਗੱਲੋਂ ਨਹੀਂ ਆ ਰਹੇ ਟ੍ਰੇਨਾਂ ਨਹੀਂ ਆ ਰਹੇ ਚੜ੍ਹ ਨਹੀਂ ਰਹੇ ਬਈਏ ਉਧਰੋਂ ਟ੍ਰੇਨਾਂ ਪੂਰੀਆਂ ਆ ਨਹੀਂ ਰਹੀਆਂ ਲੇਬਰ ਇਸ ਕਰਕੇ ਥੋੜਾ ਤੰਗੀ ਆ ਰਹੀ ਹੈ ਲੇਬਰ ਦੀ ਸਾਡੇ ਵੱਲੋਂ ਤਾਂ ਜੋ ਰੇਟ ਹੈ ਵੀ ਉਸ 100-200 ਰੁਪਇਆ ਫਾਲਤੂ ਦੇ ਦੇਗੇ ਹਮ ਜੋ ਰੇਟ ਚੱਲ ਰਿਹਾ 2000-2500-2800 ਹਮ ਬੋਲਾ 3000 ਰੁਪਇਆ ਦੇ ਦੇਗੇ ਤੁਮ ਹਮਾਰੇ ਸਾਥ ਚਲੋ ਬੋਲਾ ਹਮ ਦੂਰੀ ਜਾਏਗੇ ਬਠਿੰਡਾ ਜਾਏਗੇ ਪੂਰੀ ਲੇਬਰ ਆ ਨਹੀਂ ਰਹੀ ਟ੍ਰੇਨਾਂ ਮੇ ਦੋ ਨਹੀਂ ਪਿਛਲੀ ਵਾਰੀ ਵੀ ਇਹੀ ਹਾਲ ਤੀ ਪਿਛਲੀ ਵਾਰੀ ਲੇਟ ਕਰੀ ਤੀ ਸਰਕਾਰ ਨੇ 20 ਤਰੀਕ ਕਰੀ ਤੀ ਪਿਛਲੀ ਵਾਰੀ ਵੀ ਇਹੀ ਹਾਲ ਤੀ ਹੁਣ ਵੀ ਇਹੀ ਹਾਲ ਹੈ ਲੇਬਰ ਦੇ ਲੇਬਰ ਕਿੰਨੀ ਦਿੱਕਤ ਆ ਰਹੀ ਹੈ ਸਾਨੂੰ ਅੱਜ 3 ਦਿਨ ਹੋ ਗਏ ਉਰੇ ਆਇਆਂ ਨੂੰ 2 ਦਿਨ ਅੰਬਾਲੇ ਲੱਗ ਗਏ ਕੋਈ ਮਿਲੀ ਨਹੀਂ ਜੀ ਕੋਈ ਮਿਲਣ ਦਾ ਚਾਂਸ ਵੀ ਨਹੀਂ ਹੈ ਕੋਈ ਇਹ ਤਾਂ ਛੁੱਟੂਗਾ ਹੀ ਛੁੱਟੂਗਾ ਇਹ ਸਰਕਾਰਾਂ ਦਾ ਵੀ ਕੰਮ ਹੈ ਵੀ ਛਡਾਉਣ ਦਾ ਹੀ ਕੰਮ ਹੈ ਜ਼ਿਮੀਦਾਰ ਨੂੰ ਤਾਂ ਹੀ ਟ੍ਰੇਨਾਂ 'ਚ ਹੁਣ ਜੇ ਉਧਰੋਂ ਬੰਦੇ ਟ੍ਰੇਨਾਂ ਪੂਰੀਆਂ ਹੋਣ ਲੇਬਰ ਆਵੇ ਉਹ ਵਾਧੂ ਹੈ ਬਈ ਇਹ ਬੋਲਦੇ ਨੇ ਸਾਥ ਮੇਂ ਜਿਹੜੇ ਆ ਜਾਂਦੇ ਨੇ ਉਹ ਬੋਲਦੇ ਨੇ ਵੀ ਉਹ ਲੇਬਰ ਬਹੁਤ ਬੈਠੀ ਹੈ ਉਰੇ ਆ ਨਹੀਂ ਰਹੀ ਪੂਰੀ ਟ੍ਰੇਨ ਨਹੀਂ ਮਿਲ ਰਹੀ ਉਹਨੂੰ 4-4 ਦਿਨ ਹੋ ਗਏ ਟ੍ਰੇਨਾਂ 'ਚ ਬੈਠਿਆਂ ਨੂੰ ਬੰਦਿਆਂ ਨੂੰ ਉੱਥੇ ਬੈਠਿਆਂ ਨੂੰ ਸਟੇਸ਼ਨਾਂ 'ਤੇ 4-4 ਦਿਨ ਮਨਜੀਤ ਸਿੰਘ ਜੀ ਆਪਣਾ ਲੋਕਲੀ ਰਾਜਪੁਰੇ ਛਲੇੜੀ ਕਲਾਂ ਪਿੰਡ ਹੈ ਲੇਬਰ ਲੈਣ ਵਾਸਤੇ ਆਇਆ ਸੀਗਾ ਜੀ ਸਾਡਾ ਬੰਦਾ 2 ਵਾਰੀ ਯੂਪੀ ਵਿੱਚ ਆਇਆ ਸਮਕਾ 7-8 ਹਜ਼ਾਰ ਰੁਪਈਆ ਵੀ ਉਹਨਾਂ ਦਾ ਇੱਥੇ ਨਿਕਲ ਗਿਆ ਉੱਥੋਂ ਵੀ ਨਹੀਂ ਮਤਲਬ ਆਏ ਹੈਗੇ ਸਾਈ ਵੀ ਦਿੱਤੀ ਸੀ ਉੱਥੇ ਬਈਆਂ ਨੂੰ ਉਹ ਵੀ ਹਾਂ ਕਰਕੇ ਜਵਾਬ ਦੇ ਗਏ ਜੀ ਹਾਂ 3 ਦਿਨ ਹੋ ਗਏ ਸਾਨੂੰ ਇੱਥੇ ਆਉਂਦਿਆਂ ਨੂੰ ਪੰਜਾਬੀ ਇਸ ਤਰ੍ਹਾਂ ਜੀ ਹੁਣ ਜਿਹੜੀ ਲੋਕਲ ਲੇਬਰ ਆ ਪਿੰਡਾਂ ਦੀ ਉਹ ਵੀ ਕੰਮ ਛੱਡ ਚੁੱਕੀ ਹੋਈ ਆ ਜੀ ਸਹੂਲਤਾਂ ਦੇ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਪਹਿਲਾਂ ਲੋਕ ਕੰਮ ਕਰਦੇ ਸੀਗੇ ਪਿੰਡਾਂ ਦੀਆਂ ਪਾਰਟੀਆਂ ਪੰਜਾਬੀ ਲਾਉਂਦੇ ਸੀਗੇ ਜੀਰੀ ਹੁਣ ਤਾਂ ਬਿਲਕੁਲ ਨਹੀਂ ਲਾ ਰਹੇ ਕੋਈ ਵੀ ਲੱਗਦਾ ਹੀ ਨਹੀਂ ਹੈ ਕਰਨਾ ਕੀ ਆ ਜੀ ਹੁਣ ਜਿਹੜਾ ਹੁਣ ਕਰਿਆ ਹੋਇਆ ਰੰਭਿਆ ਹੋਇਆ ਉਹ ਤਾਂ ਕਰਾਂਗੇ ਜੀ ਔਖੇ ਸੌਖੇ ਜਿਵੇਂ ਵੀ ਹੋਇਆ ਠੀਕ ਹੈ ਜੀ